ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨਹੀਂ ਚੁੰਨੀਆਂ ਖਬਰਾਂ ਲੋਕ ਸਭਾ ਚੋਣਾਂ ਦੇ ਬਾਕੀ ਰਹਿੰਦੇ ਢੇਡਾਂ ਦੇ ਚੋਣ ਪ੍ਰਚਾਰ ਦੀ ਰਫਤਾਰ ਹੋਈ ਹੋਰ ਤੇਜ਼ ਚੌਥੇ ਗੇੜ ਤੇ 13 ਮਈ ਨੂੰ ਦਸ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਪਾਰਲੀਮੈਂਟ ਸੀਟਾਂ ਲਈ ਹੋਵੇਗਾ ਮਤਦਾਨ ਪੰਜਾਬ ਚ ਪਿਛਲੇ 2 ਦਿਨਾਂ ਚ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਹਥਿਆਰਬੰਦ ਬਲਾਂ ਦੇ ਏਕੀਕਰਨ ਬਾਰੇ ਦੋ ਰੋਜ਼ਾ ਕਾਨਫਰੰਸ ਪਰਿਵਰਤਨ ਚਿੰਤਨ ਦੋ ਅੱਜ ਤੋਂ ਸ਼ੁਰੂ ਸੀਡੀਐਸ ਜਰਨਲ ਅਨਿਲ ਚੋਹਾਨ ਕਰਨ ਦੇ ਪ੍ਰਧਾਨਗੀ 에어 ਇੰਡੀਆ ਐਕਸਪ੍ਰੈਸ ਵੱਲੋਂ 30 ਸੀਨੀਅਰ ਕੈਬਿਨ ਕਰੂ ਮੈਂਬਰ ਨੌਕਰੀ ਤੋਂ ਬਰਖਾਸਤ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ ਚੌਥੇ ਤੇ ਬਾਕੀ ਰਹਿੰਦੇ ਗੇੜਾਂ ਲਈ ਚੋਣ ਪ੍ਰਚਾਰ ਤੀਸ ਹੋ ਗਿਆ ਹੈ ਬਗਬਗ ਸਿਆਸੀ ਪਾਰਟੀਆਂ ਤੇ ਸਿਆਸੀ ਦਲਾਂ ਦੇ ਸਟਾਰ ਪ੍ਰਚਾਰਕ ਤੇ ਸੀਨੀਅਰ ਨੇਤਾ ਵੋਟਰਾਂ ਤੋਂ ਸਮਰਥਨ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਲੋਕ ਸਭਾ ਦੇ ਚੌਥੇ ਗੇੜ ਤੇ 13 ਮਈ ਨੂੰ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 96 ਪਾਰਲੀਮੈਂਟ ਸੀਟਾਂ ਲਈ ਮਤਦਾਨ ਹੋਵੇਗਾ 1717 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਲੋਕ ਸਭਾ ਚੋਣਾਂ ਦੇ ਪੰਜਵੇਂ ਗੇਟ 'ਚ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 695 ਉਮੀਦਵਾਰ ਚੋਣ ਲੜਨਗੇ ਇਸ ਗੇਟ 'ਚ ਪੈਂਦੇ 49 ਸੰਸਦੀ ਹਲਕਿਆਂ ਲਈ 6586 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਇਸ ਗੇੜ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ 3 ਮਈ ਸੀ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 749 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਪੰਜਵੇਂ ਗੇਟ ਤੇ ਸਭ ਤੋਂ ਵੱਧ 13 ਸੰਸਦੀ ਹਲਕੇ ਮਹਾਰਾਸ਼ਟਰ ਨਾਲ ਸੰਬੰਧਿਤ ਨੇ ਜਿਸ ਵਿੱਚੋਂ ਸਭ ਤੋਂ ਵੱਧ 512 ਨਾਮਜ਼ਦਗੀ ਫਾਰਮ ਦਾਖਲ ਕੀਤੇ ਗਏ ਸਨ ਇਸ ਗੇੜ ਤਹਿਤ ਕੁੱਲ 49 ਸੰਸਦੀ ਹਲਕਿਆਂ 'ਚ ਨਾਮਜ਼ਦਗੀ ਪਰਚੇ ਵਾਪਸ ਲੈਣ ਤੋਂ ਬਾਅਦ ਕੁੱਲ 695 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਿੰਨਾ ਵਿੱਚੋਂ ਸਭ ਤੋਂ ਵੱਧ 264 ਉਮੀਦਵਾਰ ਮਹਾਰਾਸ਼ਟਰ ਅਤੇ ਸਭ ਤੋਂ ਘੱਟ 31 ਉਮੀਦਵਾਰ ਕੇਂਦਰ ਸ਼ਾਸਿਤ ਪ੍ਰਦੇਸ਼ ਲद्दाख ਤੋਂ ਨੇ ਇਸੇ ਦੌਰਾਨ ਚੋਣ ਕਮਿਸ਼ਨ ਨੇ 354 ਅਬਜ਼ਰਵਰਾਂ ਨਾਲ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਉਹਨਾਂ ਨੂੰ ਨਿਰਵਿਘਨ ਸੁਤੰਤਰ ਅਤੇ ਨਿਰਪੱਖ ਪੋਲਿੰਗ ਯਕੀਨੀ ਬਣਾਉਣ ਤੇ ਪੋਲਿੰਗ ਸਟੇਸ਼ਨਾਂ ਤੇ ਸਾਰੀਆਂ ਸਹੂਲਤਾਂ ਖਾਸ ਕਰਕੇ ਗਰਮੀ ਦਾ ਮੁਕਾਬਲਾ ਕਰਨ ਲਈ ਨਿਰਦੇਸ਼ ਦਿੱਤੇ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ 13 ਮਈ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਨਾਮਜ਼ਦਗੀਆਂ ਪਰੰਦੇ ਦੂਜੇ ਦਿਨ ਵੀ ਉਮੀਦਵਾਰ ਵੱਲੋਂ ਬਾਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਸੂਬੇ 'ਚ ਲੋਕ ਸਭਾ ਦੀਆਂ 13 ਸੀਟਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨਸੀ ਨੇ ਦੱਸਿਆ ਕਿ ਲੋਕ ਸਭਾ ਹਲਕੇ ਗੁਰਦਾਸਪੁਰ ਜਲੰਧਰ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ ਸੰਗਰੂਰ ਤੋਂ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦਕਿ ਅੰਮ੍ਰਿਤਸਰ ਤੇ ਪਟਿਆਲਾ ਤੋਂ ਤਿੰਨ-ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਪਟਿਆਲਾ ਤੋਂ ਤਿੰਨਾਂ 'ਚੋਂ ਦੋ ਉਮੀਦਵਾਰਾਂ ਨੇ ਦੋ-ਦੋ ਫਾਰਮ ਭਰੇ ਨੇ ਜਦਕਿ ਫਰੀਦਕੋੜ ਤੋਂ ਦੋ ਅਤੇ ਲੁਧਿਆਣਾ ਤੋਂ ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਪੁਰ ਖਡੂਰ ਸਹਿ ਬਠਿੰਡਾ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ। ਪਟਿਆਲਾ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ VOTER ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਸਾਈਕਲ ਯਾਤਰਾ ਕਰਦੇ ਹੋਏ ਪਟਿਆਲਾ ਪੁਰੇ ਜਨਾਮਾਸੀ ਮਰਮੂਨ ਸਿੰਘ ਦਾ ਸਨਮਾਨ ਕੀਤਾ ਹੈ ਡਿਪਟੀ ਕਮਿਸ਼ਨਰ ਨੇ ਮਰਮੂਨ ਸਿੰਘ ਵੱਲੋਂ ਵੋਟਰਾਂ ਨੂੰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਚ ਬੱਦ ਚੜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਕੀਤੇ ਗਏ ਨਵਕਲੇ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਲਾਲਚ ਪ੍ਰਭਾਵਿਆਂ ਭੇਦ ਭਾਪ ਤੋਂ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਅਜਿਹੀਆਂ ਗਤੀਵਿਧੀਆਂ ਪਟਿਆਲਾ ਜ਼ਿਲ੍ਹੇ ਚ ਪਹਿਲਾਂ 16ਵੇਂ ਵਿੱਤ ਕਮਿਸ਼ਨ ਨੇ ਆਮ ਲੋਕਾਂ ਤੇ ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਤੇ ਵਿਅਕਤੀਆਂ ਤੋਂ ਦੋ ਸੰਦਰਭ ਦੀਆਂ ਸ਼ਰਤਾਂ ਦੇ ਨਾਲ-ਨਾਲ ਕਮਿਸ਼ਨ ਵੱਲੋਂ ਅਪਣਾਈ ਜਾਣ ਵਾਲੀ ਆਮ ਪਹੁੰਚ ਬਾਰੇ ਸੁਝਾਤੇ ਵਿਚਾਰ ਮੰਗੇ ਨੇ ਵਿੱਤ ਕਮਿਸ਼ਨ ਦੇ ਕੰਮ ਨਾਲ ਸੰਬੰਧਿਤ ਕਿਸੇ ਹੋਰ ਮੁੱਦੇ ਤੇ ਵੀ ਸੁਝਾਅ ਮੰਗੇ ਗਏ ਨੇ ਸੁਝਾਅ 16ਵੇਂ ਵਿੱਤ ਕਮਿਸ਼ਨ ਦੀ ਵੈੱਬਸਾਈਟ ਰਾਹੀਂ ਸੁਝਾਅ ਲਈ ਸਦੱਸਖੰਤੇ ਜਮ੍ਹਾਂ ਕਰਵਾਏ ਜਾ ਸਕਦੇ ਨੇ 16ਵੇਂ ਵਿੱਤ ਕਮਿਸ਼ਨ ਦਾ ਗਠਨ ਭਾਰਤ ਦੇ ਸੰਵਿਧਾਨ ਦਾ ਉਪਬੰਧਨ ਦੀ ਪਾਲਣਾ ਕਰਦੇ ਹੋਏ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਅਰਵਿੰਦ ਪਨਗੜੀਆ ਨੂੰ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਅੱਜ ਤੋਂ ਨਵੀਂ ਦਿੱਲੀ 'ਚ ਹਥਿਆਰਬੰਦ ਬਲਾਂ ਦੀ ਸੰਯੁਕਤਤਾ ਤੇ ਏਕੀਕਰਨ ਬਾਰੇ ਸ਼ੁਰੂ ਹੋਰੀ ਦੋ ਰੋਜ਼ਾ ਕਾਨਫਰੰਸ ਪਰਿਵਰਤਨ ਚਿੰਤਨ 2 ਦੀ ਪ੍ਰਧਾਨਗੀ ਕਰਨਗੇ ਪਰਿਵਰਤਨ ਚਿੰਤਨ ਤਿੰਨਾਂ ਸੇਵਾਵਾਂ ਦੀਆਂ ਸੰਸਥਾਵਾਂ ਦੇ ਮੁਖੀਆਂ ਲਈ ਇੱਕ ਪ੍ਰਮੁੱਖ ਕਾਨਫਰੰਸ ਹੈ ਜਿਸ ਦਾ ਉਦੇਸ਼ ਨਵੇਂ ਸੁਧਾਰਵੱਦੀ ਵਿਚਾਰਾਂ ਅਤੇ ਪਹਿਲਕਦਮੀਆਂ ਨੂੰ ਪੈਦਾ ਕਰਨਾ ਹੈ ਸਟਾਫ ਕਮੇਟੀ ਦੇ ਸਿਖਰਲੇ ਮੁਖੀਆਂ ਦੀਆਂ ਸਾਰੀਆਂ ਸਬ ਕਮੇਟੀਆਂ ਦੇ ਮੈਂਬਰ ਸੀ ਡੀ ਐਸ ਇਸ ਦੇ ਸਥਾਈ ਚੇਅਰਮੈਨ ਅਤੇ ਤਿੰਨੋਂ ਸੇਵਾ ਮੁਖੀ ਵੱਖ-ਵੱਖ ਡੋਮੇਨਸ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਤਾ ਅਤੇ एकीकृत ਨੂੰ ਪਰिवर्तन ਲਈ ਲੋੜੀਂਦੇ ਸੁਧਾਰਾਂ ਤੇ ਵਿਚਾਰ ਕਰਨਗੇ Air India Express ਨੇ ਆਪਣੇ 30 ਸੀਨੀਅਰ ਕੈਬਿਨ ਕਰੂ ਮੈਂਬਰਸ ਨੂੰ ਡਿਊਟੀ ਤੇ ਨਾ ਔਨ ਕਰਨ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਬਰਖਾਸਤ ਕੀਤੇ ਗਏ ਕਰਮਚਾਰੀ 7 ਮਹੀਨਿਆਂ ਅਚਾਨਕ ਸਮੂਹਿਕ ਛੁੱਟੀ ਤੇ ਚਲੇ ਗਏ ਸਨ ਜਿਸ ਕਰਕੇ 에어ਲਾਈਨ ਨੂੰ 90 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਸਨ। Air India Express 에어ਲਾਈਨਸ ਦੇ CEO ਅਲੋਕ ਸਿੰਘ ਨੇ ਕਿਹਾ ਕਿ ਅੱਜ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਕਈ ਉਡਾਨਾਂ ਕੈਨਸਲ ਕਰਨੀਆਂ ਪੈ ਸਕਦੀਆਂ ਨੇ। ਕੰਪਨੀ ਉਡਾਨਾਂ 'ਚ ਕਟੌਤੀ ਕਰੇਗੀ। ਕੰਪਨੀ ਨੇ ਉਡਾਨਾਂ ਵਿੱਚ ਦੇਰੀ ਅਤੇ ਉਡਾਨਾਂ ਨੂੰ ਰੱਦ ਕਰਨ ਨਾਲ ਪੈਸ਼ ਆਈ ਮੁਸ਼ਕਿਲ ਲਈ ਲੋਕਾਂ ਤੋਂ ਮੁਆਫੀ ਮੰਗੀ ਹੈ। Indian Council of Medical Research yani ICMR ne 2024 li aadmi khan pindiyan aatan de anukul paratiyan li ik upgraded aahar sambandhi disha nirdesh jari kite ne. Inna disha nirdesh vich khas taur te lokan nu sharir kasrat kriya shil rehna, loon de sevan nu kat karan, vadu fat, chini ate ultra processed bhojanan nu kat to kat karan ate pet te motappa, zyada bhar ate samuche motappe nu rok lii salah ditti gayi hai. ICMR de director general Dr. Rajiv Bahl ne ke hai ki pichle dahaakiyan duran paratiyan ਆਹ ਖੁਰਾਕ ਆਦਤਾਂ 'ਚ ਵੱਡੀਆਂ ਤਬਦੀਲੀਆਂ ਆਈਆਂ ਨੇ ਜਿਸ ਕਾਰਨ ਗੈਰ ਸੰਚਾਰੀ ਬਿਮਾਰੀਆਂ ਦੇ ਪ੍ਰਚਲਨ ਵਿੱਚ ਬਾਤਾ ਹੋਇਆ ਹੈ ਕਾਉਂਸਲ ਨੇ ਕਿਹਾ ਕਿ ਦਿਸ਼ਾ ਨਿਰਦੇਸ਼ ਹੁਣ ਦੇ ਸਮੇਂ ਲਈ ਟੁਕਮੇ ਨੇ ਤੇ ਹਰੇਕ ਉਮਰ ਦੇ ਵਿਅਕਤੀ ਨੂੰ ਚੰਗੀ ਸਿਹਤ ਲਈ ਤੀ ਤੋਂ 45 ਮਿੰਟ ਤੱਕ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਤੇ ਬੱਚਿਆਂ ਨੂੰ ਘੱਟੋ ਘੱਟ 60 ਮਿੰਟ ਨਿਯਮਿਤ ਕਸਰਤ ਕਰਨੀ ਚਾਹੀਦੀ ਹੈ ਉਤਰਾਖੰਡ ਦੇ ਜੰਗਲਾਂ 'ਚ ਲੱਗੀ ਅੱਗ ਦੇ ਮਾਮਲੇ ਦੀ ਸੁਣਵਾਈ ਕਰਦੇ ਸੁਪਰੀਮ ਕੋਰਟ ਨੇ ਕਿਹਾ ਕਿ ਅੱਗ ਬੁਝਾਉਣ ਲਈਦਰ ਦੇਪਤਾ ਦੇ ਆਸਰੇਤੇ ਨਹੀਂ ਰਿਹਾ ਜਾ ਸਕਦਾ ਜਸਟਿਸ ਬੀ ਆਰ ਗਵਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਅੱਗ ਲੱਗਣ ਦੇ ਮਾਮਲੇ ਤੇ ਕਾਬੂ ਪਾਉਣ ਲਈ ਆਗਰੂ ਨੂੰ ਪਾਕਰਨੇ ਹੋਣਗੇ ਮਾਮਲੇ ਦੀ ਅਗਲੀ ਸੁਣਵਾਈ 15 ਮਈ ਨੂੰ ਹੋਵੇਗੀ ਸੁਣਵਾਈ ਦੌਰਾਨ ਉਤਰਾਖੰਡ ਸਰਕਾਰ ਵੱਲੋਂ ਪੇਸ਼ ਹੋ ਡਿਪਟੀ ਐਡਵੋਕੇਟ ਜਨਰਲ ਜਤਿੰਦਰ ਕੁਮਾਰ ਸੇਠੀ ਨੇ ਸੁਪਰੀਮ ਕੋਰਟ ਨੂੰ ਅੱਗ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਿਆ ਉਤਰਾਖੰਡ ਸਰਕਾਰ ਨੇ ਆਖਿਆ ਕਿ ਲੋਕ ਪਾਂਵੇ ਗੈਰੇ ਨੇ ਕਿ ਸੂਬੇ ਜੰਗਲ ਦਾ 40% ਦਾ ਹ ਫੀਸ ਅੱਗ ਨਾਲ ਪ੍ਰਭਾਵਿਤ ਹੈ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਅੱਗ ਲੱਗਣ ਦੀਆਂ 398 ਘਟਨਾਵਾਂ ਵਾਪਰੀਆਂ ਨੇ ਜਿਸ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋਈ ਹੈ ਸਰਕਾਰ ਨੇ ਕਿਹਾ ਕਿ ਅੱਗ ਲੱਗਣ ਦੀਆਂ ਸਾਰੀਆਂ ਘਟਨਾਵਾਂ ਲਈ ਮਨੁੱਖ ਜ਼ਿੰਮੇਵਾਰ ਹੈ ਅੱਗ ਲੱਗਣ ਦੀਆਂ ਘਟਨਾਵਾਂ ਲਈ 68 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਲੰਦਰ ਦੇ ਕਾਊਂਟਰ ਇੰਟੈਲੀਜੈਂਸ ਨੇ ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹਾਂ ਤਰਾਜੀ ਹਥਿਆਰਾਂ ਦੀ ਤਸਕਰੀ ਦੇ ਰੈਕਿਟ ਦਾ ਪਰਦਾਫਾਸ਼ ਕੀਤਾ ਦੋ ਤਸਕਰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 6 ਗੈਰ ਕਾਨੂੰਨੀ ਪਿਸਤੌਲ ਤੇ ਸੱਤ ਮੈਗਜ਼ੀਨ ਬਰਾਮਦ ਕੀਤੇ ਨੇ ਮੁੱਢਲੀ ਜਾਂਚ ਤੋਂ ਪਤਾ ਲੱਗੇ ਕਿ ਇਸ ਰੈਕਟ ਨੇ ਪਿਛਲੇ 3 ਮਹੀਨਿਆਂ ਚ ਹਥਿਆਰਾਂ ਦੀਆਂ 4 ਵੱਡੀਆਂ ਖੇਪਾਂ ਪ੍ਰਾਪਤ ਕੀਤੀਆਂ ਨੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਨਾਮਜ਼ਦ ਕੀਤੇ ਗਏ ਦੋ ਅਹਿਮ ਮਾਡਿਊਲ ਮੈਂਬਰਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਪੁਲਿਸ ਨੇ ਅਸਲਾ ਐਕਟ ਅੱਤ ਐਫ ਆਈ ਆਰ ਦਰਜ ਕਰ ਲਈ ਤੇ ਹੋਰ ਜਾਂਚ ਜਾਰੀ ਹੈ भारतीय औरतों की 4 गुना 400 मीटर रिले टीम जिसने पेरिस ओलंपिकली क्वालीफाई की थे भारत वापस आ गई है ये पहला चांस है ऐसा जो हमने मतलब इस तरीके से क्वालीफाई किया है वरना रैंकिंग के हिसाब से जाती थी टीम तो काफी अच्छा लग रहा है और प्राउड भी फील कर रहे हैं वी आर वेरी हैप्पी दैट वी गॉट क्वालीफाइड इन बोथ मेन एंड वुमेन टीम Uh, I am uh, specially I am very happy this is my first as uh, senior world competition and I am very happy that uh, I am part of ਭਾਰਤੀ ਔਰਤਾਂ ਦੀ ਰਿਲੇ ਟੀਮ ਨੇ ਬਹਾਮਾਸ ਚ ਵਿਸ਼ੇਸ਼ ਐਥਲੈਟਿਕਸ ਰਿਲੇ ਵਿੱਚ ਦੂਜੇ ਦੌਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਇਸ ਟੀਮ ਚ ਰੂਪਲ ਚੌਧਰੀ ਐਮ ਆਰ ਪੁਵਮਾ ਜੋਇਤਿਕਾ ਸ਼ਰੀ ਡਾਂਡੀ ਤੇ ਸੁਭਾ ਵੈਂਕਟੇਸ਼ਨ ਨੇ ਹਿੱਸਾ ਲਿਆ ਸੀ ਜਮਾਇਕਾ ਦੀ ਟੀਮ ਪਹਿਲੇ ਸਥਾਨ ਤੇ ਰਹੀ ਸੀ ক্রিকেট ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੇ ਤੂਫਾਨੀ ਵਰ ਸੈਂਕੜਿਆਂ ਦੇ ਦਮਤੇ ਸਨਰਾਈਜ਼ਰਜ਼ ਹਾਇਦਰਾਬਾਦ ਨੇ ਆਈਪੀਐਲ ਦੇ 7ਵੇਂ ਮੈਚ ਲਖਨਊ ਸੁਪਰਜਾਇੰਟਸ ਨੂੰ ਰਿਕਾਰਡ 10 ਵਿਕਟਾਂ ਨਾਲ ਹਰਾ ਦਿੱਤਾ ਇਸ ਜਿੱਤ ਨਾਲ ਹਾਇਦਰਾਬਾਦ ਅੰਕ ਸੂਚੀ ਚ ਤੀਜੇ ਸਥਾਨ ਤੇ ਪਹੁੰਚ ਗਿਆ ਹਾਇਦਰਾਬਾਦ ਇਸਲਾਮੀ ਬਲੇਬਸ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਤੇਜ਼ੀ ਨਾਲ ਟੀਚੇ ਦਾ ਪਿੱਛਾ ਕੀਤਾ ਤੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤੇਜ਼ ਰਿਕਾਰਡ ਦਰਜ ਕੀਤਾ हैदराबाद ਨੇ 9 ओवर 4 ਗੇਂਦਾਂ ਪਿੱਛੇ 167 ਦੌੜਾ ਬਣਾ ਕੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਲਖਨਊ ਦਾ ਕੋਈ ਵੀ ਗੇਂਦਬਾਜ਼ ਵਿਕਟ ਲੈਂਡ 'ਚ ਕਾਮਯਾਬ ਨਹੀਂ ਹੋਇਆ। ਇਸ ਤੋਂ ਪਹਿਲਾਂ ਲਖਨਊ ਸੁਪਰਜਾਇੰਟਸ ਨੇ 4 ਵਿਕਟਾਂ ਤੇ 160 ਦੌੜਾ ਬਣਾਈਆਂ ਸਨ। ਖਬਰਾਂ ਦੇ ਬਲਟਨ ਸਾਡੇ ਦਰਸ਼ਕਾਂ ARENUDD ਕੇ ਜਲੰਧਰ ਦੇ YouTube ਚੈਨਲ, Facebook ਪੇਜ ਤੇ Social Media Platform X ਤੇ ਵੀ ਦੇਖ ਸਕਦੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।